好棒。ਰਾਧਾ ਨਾ ਦੇਖ ਸਕਦੀ ਹੈ, ਨਾ ਬੋਲ ਸਕਦੀ ਹੈ, ਨਾ ਤੁਰ ਫਿਰ ਸਕਦੀ ਹੈ ਅਤੇ ਨਾ ਹੀ ਦਿਮਾਗੀ ਤੌਰ ਤੇ ਤੰਦਰੁਸਤ ਹੈ। ਰਾਧਾ ਫਾਜ਼ਿਲਕਾ ਦੇ ਪਿੰਡ ਰੂਪਨਗਰ ਦੀ ਰਹਿਣ ਵਾਲੀ ਹੈ ਅਤੇ ਪਿੰਡ ਵਿੱਚ ਦਾਖਲ ਹੁੰਦੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੋਸਟਰ ਲੱਗਾ ਹੈ ਜਿਸ ਵਿੱਚ ਲਿਖਿਆ ਹੈ, ਸਾਰੀ ਉਮਰ ਦਾ ਆਰਾਮ, ਮੇਰਾ ਘਰ, ਮੇਰੇ ਨਾਮ। ਪਰ ਪਿੰਡ ਵਿੱਚ ਅਜੀਬ ਜਿਹਾ ਸੰਨਾਟਾ ਹੈ। ਭਾਰਤ ਪਾਕਿਸਤਾਨ ਦੀ ਸਰਹੱਦ ਤੇ ਵਸੇ ਫਾਜ਼ਿਲਕਾ ਦੇ ਰੂਪਨਗਰ ਵਿੱਚ ਰਾਧਾ ਵਰਗੇ ਕਈ ਬੱਚੇ ਅਤੇ ਨੌਜਵਾਨ ਕਿਸੇ ਨਾ ਕਿਸੇ ਰੋਗ ਦਾ ਸ਼ਿਕਾਰ ਹੋ ਕੇ ਘਰ ਦੀ ਚਾਰ ਦੀਵਾਰੀ ਵਿੱਚ ਹੀ ਕੈਦ ਹੋ ਗਏ ਨੇ। ਪਿੰਡ ਦੇ ਸਾਬਕਾ ਸਰਪੰਚ ਮੋਹਿੰਦਰ ਕੁਮਾਰ ਮੁਤਾਬਕ ਪਾਣੀ ਦੀ ਸਮੱਸਿਆ ਕਾਰਨ ਨੌਜਵਾਨ ਅਤੇ ਬੱਚੇ ਬਿਮਾਰ ਨੇ। ਉਹਨਾਂ ਮੁਤਾਬਕ ਪਿੰਡ ਵਿੱਚ ਹੁਣ ਬਜ਼ੁਰਗ ਦੇਖਣ ਨੂੰ ਨਹੀਂ ਮਿਲਦੇ। ਨੁਕਸਾਨ ਇਹ ਹੈ ਜੀ, ਜਿਹੜਾ ਕੋਈ ਥੱਲੇ ਦਾ ਪਾਣੀ ਆਪ ਪੀਂਦਾ ਜਾਂ ਪਸ਼ੂਆਂ ਨੂੰ ਪਿਆਉਂਦਾ ਹੈ ਉਹਨੂੰ ਪੈਰਾਲਾਈਜ਼ ਹੁੰਦਾ ਹੈ। ਬੱਚੇ ਵੀ ਜੇ ਮਾਂ ਪੀਂਦੀਆਂ ਤਾਂ ਬੱਚੇ ਵੀ ਉਸੇ ਤਰ੍ਹਾਂ ਦੇ ਪੈਦਾ ਹੁੰਦੇ ਆ। ਸਾਡੇ ਪਿੰਡ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਬੱਚੇ ਇਹੋ ਜਿਹੇ ਜਿਹੜੇ ਬਦਬੁੱਧੀ ਹੈ, ਚੱਲ ਨਹੀਂ ਸਕਦੇ, ਬੋਲ ਨਹੀਂ ਸਕਦੇ। ਇੱਕ ਦੋ ਬੰਦੇ ਮੁੰਡੇ ਬੱਚੇ ਇਹੋ ਜਿਹੇ ਵੀ ਆ, ਉਹਨਾਂ ਨੂੰ ਦਿਸਦਾ ਵੀ ਨਹੀਂ। ਨਹਿਰ ਦਾ ਪਾਣੀ ਹੈ ਪਿੱਛੇ ਜਿਹੜਾ ਹੈ ਕੈਮੀਕਲੇ ਦੇ ਵਿੱਚ ਪੈਂਦੇ ਆ, ਲੁਧਿਆਣਾ, ਮੋਗਾ ਉੱਧਰ ਦੇ, ਉਹਦੇ ਨਾਲ ਸਾਨੂੰ ਇਹ ਜਿਹੜਾ ਹੈ ਨੁਕਸਾਨ ਹੋ ਰਿਹਾ। ਪਹਿਲਾਂ ਕਦੇ ਵੀ ਨਹੀਂ ਸੀ, ਬਜ਼ੁਰਗ ਜਿਹੜੇ ਹੈ 100-100 ਸਾਲ ਦੇ ਹੋ ਗਏ ਗੁਜ਼ਰੇ। ਹੁਣ ਮੇਰੇ ਖਿਆਲ 'ਚ ਮੈਂ ਪਿੰਡ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਹਾਂ, 50 ਸਾਲ ਤੋਂ ਉੱਤੇ ਤੁਹਾਨੂੰ ਕੋਈ ਇੱਕ ਅੱਧਾ ਹੀ ਸ਼ਾਇਦ ਹੀ ਮਿਲੂਗਾ। ਵਿਸ਼ਵ ਸਿਹਤ ਸੰਗਠਨ ਮੁਤਾਬਕ ਪੀਣ ਵਾਲੇ ਪਾਣੀ ਵਿੱਚ TDS ਦੀ ਮਾਤਰਾ ਵੱਧ ਤੋਂ ਵੱਧ 300 ਪਾਰਟਸ ਪਰ ਮਿਲੀਅਨ ਤੱਕ ਹੋ ਸਕਦੀ ਹੈ। ਭਾਰਤ ਦੇ ਬਿਊਰੋ ਆਫ ਇੰਡੀਅਨ ਸਟੈਂਡਰਡਸ ਮੁਤਾਬਕ ਇਹ ਸੰਖਿਆ 500 ਤੱਕ ਹੋ ਸਕਦੀ ਹੈ। ਮਹਿੰਦਰ ਕੁਮਾਰ ਨੇ ਪਿੰਡ ਦੇ ਇੱਕ ਨਲਕੇ ਤੋਂ ਪਾਣੀ ਦੀ ਜਾਂਚ ਕਰਕੇ ਦਿਖਾਇਆ ਤਾਂ ਇਹ 1000 ਤੋਂ ਵੀ ਵੱਧ ਸੀ। ਇਸ ਟੈਸਟ ਦੀ ਪੂਰੀ ਤਰ੍ਹਾਂ ਸਹੀ ਹੋਣ ਦੀ ਪੁਸ਼ਟੀ BBC ਨਹੀਂ ਕਰਦਾ, ਪਰ ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੁਤਾਬਕ ਸੂਬੇ ਦੇ ਦੱਖਣੀ ਹਿੱਸੇ ਵਿੱਚ ਕੈਡਮੀਅਮ, ਲੈਡ, ਨਿਕਲ, ਸਲਫੇਟ ਆਦਿ ਮੌਜੂਦ ਹਨ ਜੋ ਸਿਹਤ ਲਈ ਖਤਰਨਾਕ ਹੋ ਸਕਦੇ ਨੇ। ਪਿੰਡ ਦੇ ਪ੍ਰਭਾਵਿਤ ਬੱਚੇ ਆਪਣੀ ਉਮਰ ਤੋਂ ਛੋਟੇ ਲੱਗਦੇ ਨੇ। 13 ਸਾਲਾਂ ਕੈਥਲੀਨ, 16 ਸਾਲਾਂ ਸਪਨਾ, 22 ਸਾਲਾਂ ਪੱਪੂ ਵੀ ਸਰੀਰਕ ਜਾਂ ਦਿਮਾਗੀ ਤੌਰ ਤੇ ਬਿਮਾਰ ਨੇ। ਪਿੰਡ ਦਾ ਹੀ ਸਾਹਿਲ ਤੁਰਨ ਫਿਰਨ ਤੋਂ ਅਸਮਰੱਥ ਹੈ ਅਤੇ ਪਿਤਾ ਦੀ ਮੌਤ ਤੋਂ ਬਾਅਦ ਦਾਦਾ ਦਾਦੀ ਉਸ ਨੂੰ ਸਾਂਭ ਰਹੇ ਨੇ। ਪਿੰਡ ਦੀ ਸੁਮਨ ਮੁਤਾਬਕ ਪਾਣੀ ਨਾਲ ਉਲਟੀਆਂ ਤੇ ਦਸਤ ਦੀ ਸਮੱਸਿਆ ਹੋ ਜਾਂਦੀ ਹੈ। ਪਾਣੀ ਕੀ ਬਹੁਤ ਜ਼ਿਆਦਾ ਸਮੱਸਿਆ, ਯਹਾਂ ਪੇ ਪਾਣੀ ਬਹੁਤ ਜ਼ਿਆਦਾ ਖਰਾਬ ਆਤਾ ਹੈ, ਇਨ ਗੰਦਗੀ ਕੀ ਤਰ੍ਹਾਂ ਆ ਰਹਾ ਹੈ, ਇਸੇ ਪੀਨੇ ਸੇ ਬਹੁਤ ਜ਼ਿਆਦਾ ਗਲੇ ਮੇ ਪ੍ਰੋਬਲਮ ਹੋਤੀ ਹੈ, ਖਾਂਸੀ ਜ਼ੁਕਾਮ ਹੋਤਾ ਹੈ, ਛਾਤੀ ਜਾਂ ਫੇਫੜੇ, ਯਹਾਂ ਪੇ ਹਰੇਕ ਬੰਦੇ ਕੇ ਸਾਂਸ ਕੀ ਪ੍ਰੋਬਲਮ ਹੈ, ਇਸ ਪਾਣੀ ਸੇ ਕੀ ਵਜ੍ਹਾ ਸੇ ਹੋ ਰਹੀ ਹੈ। ਬਾਰ ਬਾਰ ਯਹਾਂ ਪਾਣੀ ਪੀਨੇ ਸੇ ਮੇਰੇ ਕੋ ਉਲਟੀ ਦਸਤ ਹੋਤਾ ਹੈ, ਯਹਾਂ ਪੇ ਮੋਟਰ ਕਾ ਪਾਣੀ ਪੀਨੇ ਸੇ ਮੈਂ ਠੀਕ ਰਹਿਤੀ ਹੂੰ। ਇਸੇ ਪਿੰਡ ਦੀ ਸਰਲਾ ਦੇ ਪਤੀ ਸੰਜੇ ਕੈਂਸਰ ਦੇ ਮਰੀਜ਼ ਨੇ ਅਤੇ ਬੀਕਾਨੇਰ, ਦਿੱਲੀ ਸਣੇ ਕਈ ਜਗ੍ਹਾ ਤੋਂ ਇਲਾਜ ਕਰਵਾ ਚੁੱਕੇ ਨੇ। ਅਜਿਹੇ ਪ੍ਰਭਾਵਿਤ ਬੱਚਿਆਂ ਦੇ ਇਲਾਜ ਵਿੱਚ ਸਹਾਇਤਾ ਕਰਦੇ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਫਰੀਦਕੋਟ ਦੇ ਪ੍ਰਿਤਪਾਲ ਸਿੰਘ ਇਹਨਾਂ ਹਾਲਾਤਾਂ ਦਾ ਕਾਰਨ ਦੱਸਦੇ ਨੇ। ਬੋਰ ਫਾਜ਼ਿਲਕਾ ਇਹ ਕੋਟਨ ਬੈਲਟ ਰਹੀ ਹੈ। ਕੋਟਨ ਬੈਲਟ ਦੁਨੀਆ ਦੀ ਟੌਕਸਿਕ ਜਿਹੜੀ ਹੈ ਕ੍ਰੌਪ ਦੇ ਰੂਪ ਵਿੱਚ ਜਾਣੀ ਜਾਂਦੀ ਹੈ, ਐਂਡ ਥਰਸਟੀ ਕ੍ਰੌਪ ਦੇ ਰੂਪ ਵਿੱਚ ਜਾਣੀ ਜਾਂਦੀ ਹੈ। ਔਰ ਇੱਥੇ ਬਹੁਤ ਜ਼ਿਆਦਾ ਡੰਪ ਕੀਤੀ ਗਈਆਂ ਇਹ ਫਰਟੀਲਾਈਜ਼ਰਸ, ਫੋਸਫੇਟ ਫਰਟੀਲਾਈਜ਼ਰਸ ਐਂਡ ਯੂਰੀਆਸ ਐਂਡ ਅਦਰ ਪੈਸੀਸਾਈਡਸ ਵੀ, ਤਾਂ ਬਹੁਤ ਸਾਰੀਆਂ ਜਿਹੜੀਆਂ ਹੈਵੀ ਮੈਟਲਸ ਨੇ ਉਹ ਪੈਸੀਸਾਈਡ ਵਿੱਚ ਵੀ ਅਵੇਲੇਬਲ ਹੈਗੀਆਂ ਨੇ। ਕੈਂਸਰ ਤਾਂ ਉਹਨਾਂ ਏਰੀਆ 'ਚ ਕਾਮਨ ਹੈ, ਉੱਥੇ ਯੰਗ ਬੱਚਿਆਂ ਦੇ ਵਿੱਚ ਕਿਡਨੀ ਫੇਲੀਅਰਸ ਹੋ ਰਹੇ ਨੇ, ਉੱਥੇ ਜਿਹੜੀਆਂ ਮੈਂਟਲ ਟ੍ਰਾਡੀਸ਼ਨ ਸਭ ਤੋਂ ਜ਼ਿਆਦਾ ਹੋ ਰਹੀ ਹੈ, ਔਰ ਜਿਹੜੀਆਂ ਜੈਨੇਟਿਕ ਡਿਸਆਰਡਰਸ ਨੇ ਉਹ ਔਨ ਦ ਰਾਈਸ ਨੇ। ਔਰ ਉਸ ਪਿੰਡ ਦੇ ਉਹਨਾਂ ਇਲਾਕੇ ਦੀ ਇੱਕ ਟ੍ਰੈਜਡੀ ਇਹ ਵੀ ਹੈਗੀ ਹੈ ਕਿ ਉਹਨਾਂ ਲਈ ਸਿਰਫ ਡਰਿੰਕਿੰਗ ਜਿਹੜਾ ਵਾਟਰ ਹੈ ਉਹ ਸੋਰਸ ਜਿਹੜਾ ਹੈਗਾ ਸਿਰਫ ਕੈਨਾਲ ਵਾਟਰ ਹੈਗਾ, ਤਾਂ ਉਹਨਾਂ ਨੂੰ ਮਜਬੂਰੀ ਦੇ ਵਿੱਚ ਜਿਹੜਾ ਹੈਗਾ
ਉਹ ਗਰਾਊਂਡ ਵਾਟਰ ਪੀਣਾ ਪੈ ਰਿਹਾ। ਗਰਾਊਂਡ ਵਾਟਰ ਈਵਨ ਪੰਜਾਬ ਸਰਕਾਰ ਨੇ ਸਕੂਲਾਂ ਦੇ ਵਿੱਚ ਅਧਿਆਪਕਾਂ ਨੂੰ ਲੈਟਰ ਕੱਢੇ ਹੋਏ ਨੇ ਕਿ ਇਹ ਤੁਸੀਂ ਹੇਠਲਾ ਪਾਣੀ ਨਹੀਂ ਪੀ ਸਕਦੇ, ਹੇਠਲਾ ਪਾਣੀ ਜਿਹੜਾ ਉਹ 'ਚ ਆਰਸੈਨਿਕ ਹੈ, ਅਦਰ ਹੈਵੀ ਮੈਟਲਸ ਨੇ, ਇਹ ਪਾਣੀ ਪੀਣ ਦਾ ਸੋਮੇ ਵਜੋਂ ਨਹੀਂ ਵਰਤਿਆ ਜਾ ਸਕਦਾ। ਲੇਕਿਨ ਮਜਬੂਰੀ ਵਸ ਉਹ ਲੋਕ ਉਹ ਪਿੰਡਾਂ ਦੇ ਸਕੂਲ ਜਿਹੜੇ ਆ ਉਹ ਧਰਤੀ ਦਾ ਪਾਣੀ ਪੀ ਰਹੇ ਆ। ਉੱਥੋਂ ਦੀਆਂ ਜਿਹੜੀਆਂ ਆਰ ਓ ਕੰਪਨੀਆਂ ਹੈਗੀਆਂ ਉੱਥੋਂ ਦੇ ਇਲਾਕਿਆਂ ਨੂੰ, ਇਲਾਕੇ ਨੂੰ ਆਰ ਓ ਨਹੀਂ ਦਿੰਦੀਆਂ ਕਿਉਂਕਿ ਉਹ ਗਰੰਟੀ ਨਹੀਂ ਦੇ ਸਕਦੀਆਂ। ਦੂਸਰੇ ਤੀਸਰੇ ਦਿਨ ਉਹਨਾਂ ਜਿਹੜੀ ਮੈਂਬਰਸ ਨੇ ਉਹ ਡੈਮੇਜ ਹੋ ਜਾਂਦੀਆਂ ਨੇ, ਉਹ ਪੂਰੀ ਤਰ੍ਹਾਂ ਜਾਮ ਹੋ ਜਾਂਦੀਆਂ ਨੇ। ਇਸ ਕਰਕੇ ਉਹ ਜਿਹੜੇ ਲੋਕ ਨੇ ਉਹ ਇਹ ਸਮੇਂ ਸਭ ਤੋਂ ਜ਼ਿਆਦਾ ਤਰਾਸ ਦੇ ਸ਼ਿਕਾਰ ਨੇ। ਇਸੇ ਪਿੰਡ ਦੇ ਨਜ਼ਦੀਕ ਪਿੰਡ ਚੂੜੀ ਵਾਲਾ ਧੰਨਾ ਵਿੱਚ ਵੀ ਰਾਧਾ ਵਾਂਗ ਹੀ 17 ਸਾਲ ਦਾ ਕਰਨਜੀਤ ਬਚਪਨ ਤੋਂ ਬਿਮਾਰ ਹੈ। ਇਸੇ ਪਿੰਡ ਦੀ ਗੁਲਸ਼ਨ ਵੀ ਤੁਰਨ ਫਿਰਨ ਤੋਂ ਅਸਮਰੱਥ ਹੈ। ਇੱਥੇ ਹੀ ਨਜ਼ਦੀਕ ਪਿੰਡ ਹਸਤਾ ਕਲਾ ਵਿੱਚ ਚਮੜੀ ਨਾਲ ਸੰਬੰਧਿਤ ਬਿਮਾਰੀਆਂ ਲੋਕ ਚੱਲ ਰਹੇ ਨੇ। ਬੱਚਿਆਂ ਦੇ ਵਾਲ ਸਮੇਂ ਤੋਂ ਪਹਿਲਾਂ ਸਫੇਦ ਹੋ ਜਾਂਦੇ ਨੇ। ਬੀਬੀਸੀ ਨੇ ਇਨ੍ਹਾਂ ਪਿੰਡਾਂ ਬਾਰੇ ਫਾਜ਼ਿਲਕਾ ਦੀ ਡੀਸੀ ਬਬੀਤਾ ਕਲੇਰ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਪਾਣੀ ਵਿੱਚ ਕੁਝ ਰਸਾਇਣ ਮੌਜੂਦ ਨੇ। ਜਿਹੜੀ ਫਾਜ਼ਿਲਕਾ ਬੈਲਟ ਹੈਗੀ, ਇੱਥੇ ਇੱਕ ਤੇ ਸੇਮ ਦੀ ਪ੍ਰੋਬਲਮ ਹੈ ਕਿ ਵਾਟਰ ਲੈਵਲਸ ਬੜੇ ਹਾਈ ਹੈਗੇ ਨੇ। ਸੈਕਿੰਡ, ਇੱਥੇ ਬੈਲਟ ਦੇ ਵਿੱਚ ਇਹ ਕਿਹਾ ਜਾਂਦਾ ਕਿ ਇੱਥੇ ਯੂਰੇਨੀਅਮ ਐਂਡ ਆਰਸੀਨਲ ਦੀ ਪ੍ਰੋਬਲਮ ਹੈਗੀ ਹੈ। ਪਾਣੀ ਦੇ ਵਿੱਚ ਜਿਹੜੇ ਇਹਨਾਂ ਦੇ ਕੰਪੋਨੈਂਟਸ ਪਾਏ ਜਾਂਦੇ ਨੇ, ਉਹਦੇ ਵਾਸਤੇ ਆਲਰੇਡੀ ਗਵਰਨਮੈਂਟ ਆਫ ਪੰਜਾਬ ਦੀਆਂ ਸਕੀਮਸ ਵੀ ਚੱਲ ਰਹੀਆਂ ਨੇ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਦੇ ਨਾਲ ਤਾਲਮੇਲ ਦੇ ਨਾਲ, ਗ੍ਰਾਂਟਸ ਦੇ ਨਾਲ। ਅਸੀਂ ਫੈਕਟ ਫਾਈਂਡਿੰਗ ਕਰ ਰਹੇ ਹੈਗੇ ਹਾਂ ਕਿ ਇਹੋ ਪ੍ਰੋਬਲਮਸ ਇਸ ਵਜ੍ਹਾ ਦੇ ਨਾਲ ਹੈਗੀਆਂ, ਪਾਣੀ ਦੀ ਵਜ੍ਹਾ ਦੇ ਨਾਲ ਹੈਗੀਆਂ ਨੇ ਜਾਂ ਕੋਈ ਹੋਰ ਹੈਰੀਡਿਟਰੀ ਪ੍ਰੋਬਲਮਸ ਨੇ ਜਾਂ ਕੋਈ ਜੈਨੇਟਿਕ ਜਾਂ ਕੋਈ। ਜੇਕਰ ਸਾਡੀ ਨੌਲੇਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਪਾਇਆ ਜਾਂਦਾ ਹੈ ਕਿ ਇਸ ਦੇ ਨਾਲ ਰਿਲੇਟਡ ਹੈਗੀਆਂ, ਤਾਂ ਨੈਚੁਰਲੀ ਗਵਰਨਮੈਂਟ ਜਿਹੜੀ ਹੈਗੀ ਆਲਵੇਜ਼ ਸਪੋਰਟਿਵ ਹੈਗੀ ਹੈ। ਜੇ ਅਸੀਂ ਗਵਰਨਮੈਂਟ ਨੂੰ ਇਹਦੇ ਬਾਰੇ ਜਾਣੂ ਕਰਾਵਾਂਗੇ ਜੇਕਰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਸਾਨੂੰ ਨੌਲੇਜ ਦੇ ਵਿੱਚ ਆਉਂਦੀ ਹੈ। ਅਤੇ ਹਾਲੇ ਤੱਕ ਇਹਦੇ ਵਾਸਤੇ ਕੋਈ ਸਟੱਡੀ ਬੇਸਡ ਡਾਟਾ ਸਾਡੇ ਕੋਲ ਹੈ ਨਹੀਂ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦੇ ਵਾਸਤੇ ਵੀ ਇੱਕ ਸੈਂਪਲ ਕਰਵਾਈਏ। ਆਈ ਵਿਲ ਟਰਾਈ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਚੀਫ ਮੈਡੀਕਲ ਅਫਸਰ ਡਾਕਟਰ ਦਵਿੰਦਰ ਟਾਂਡਾ ਆਖਦੇ ਨੇ ਕਿ ਇਲਾਕੇ ਵਿੱਚ ਮੈਡੀਕਲ ਕੈਂਪ ਲਗਾਏ ਜਾਂਦੇ ਨੇ। NGD ਵੱਲੋਂ ਸਾਨੂੰ ਮੀਟਿੰਗਸ ਹੁੰਦੀਆਂ ਰਹਿੰਦੀਆਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ, ਉਹਨਾਂ ਨੇ ਕੁਝ ਪਿੰਡ ਆਈਡੈਂਟੀਫਾਈ ਦੱਸ ਕੀਤੇ ਸੀਗੇ। ਉਹਨਾਂ ਦੇ ਵਿੱਚ ਰੈਗੂਲਰਲੀ ਜਿਹੜਾ ਹੈਗਾ ਮੈਡੀਕਲ ਚੈੱਕਅਪ ਕੈਂਪਸ ਲੱਗਦੇ ਆ, ਉਹਦੇ ਵਿੱਚ ਸਰਵੇ ਵੀ ਕਰਵਾਇਆ ਗਿਆ ਸੀਗਾ ਅਤੇ ਉਹਨਾਂ ਦੇ ਜਾਂ ਸਰਵੇ ਦੇ ਵਿੱਚ ਵੀ ਕੁਛ ਜਿਹੜੇ ਹੈਗੇ ਆ ਰਿਪੋਰਟਸ ਹੈਗੀਆਂ ਜਿਨ੍ਹਾਂ ਦੇ ਵਿੱਚ ਕੁਛ ਕੈਂਸਰ ਦੇ ਪੇਸ਼ੈਂਟਸ ਜਾਂ ਅਦਰਸ ਡਿਜ਼ੀਜ਼ ਦੇ ਕੇਸਿਸ ਜਿਹੜੇ ਆ ਉਹ ਮਿਲੇ ਸੀਗੇ। ਭਾਵੇਂ ਸਰਕਾਰ ਸਹਾਇਤਾ ਦੇ ਦਾਅਵੇ ਕਰ ਰਹੀ ਹੈ ਪਰ ਸੂਬੇ ਅਤੇ ਦੇਸ਼ ਦਾ ਭਵਿੱਖ ਇਹ ਬੱਚੇ ਆਮ ਬੱਚਿਆਂ ਨਾਲੋਂ ਜ਼ਿੰਦਗੀ ਵਿੱਚ ਕਾਫੀ ਪਿੱਛੇ ਨੇ।